ਯਾਰਾ ਦੋਸਤੋ ਅੱਜ ਬੜੇ ਦਿਨਾਂ ਬਾਅਦ ਫਿਰ ਕਿਤਾਬਾਂ ਦੀ ਗੱਲ ਤੇ ਕਿਤਾਬਾਂ ਦੀ ਗੱਲ ਅਨਰਾਧਾ ਬੇਨੀਵਾਲ ਅਨਰਾਧਾ ਬੇਨੀਵਾਲ ਹਰਿਆਣੇ ਦੀ ਧਾਕੜ ਸ਼ੋਰੀ ਕਮਕੜੀ ਜਦੋਂ ਉਹਦੀ ਕਿਤਾਬ ਆਜ਼ਾਦੀ ਮੇਰਾ ਬ੍ਰਾਂਡ ਆਈ ਸੀ ਤਾਂ ਉਸ ਸਮੇਂ ਹੀ ਮੈਂ ਕਿ ਉਸ ਦਾ ਕੁਝ ਜਿਹੜਾ ਹਿੱਸਾ ਉਹ ਇਸ ਤਰ੍ਹਾਂ ਲੱਗਿਆ ਸੀ ਕਿ ਜਿਵੇਂ ਤੁਸੀਂ ਉਹਦੇ ਨਾਲ ਸਫ਼ਰ ਕਰ ਰਹੇ ਹੋ ਉਹ ਇੱਕ ਸਫ਼ਰਨਾਮਾ ਸੀ ਪਰ ਉਹ ਸਫਰਨਾਮਾ ਜਿਹੜਾ ਉਹ ਹੋਰ ਸਫਰਨਾਮਿਆਂ ਵਾਂਗ ਸਫਰਨਾਮਾ ਸੀ ਪਰ ਉਹਦੇ ਵਿੱਚ ਖਾਸ ਗੱਲ ਸੀ ਕਿ ਹਰਿਆਣੇ ਦੀ ਕੁੜੀ ਫਿਰ ਪਿੰਡੂ ਲਾਕੇ ਦੀ ਕੁੜੀ ਫਿਰ ਜਾਟ ਬਰਾਦਰੀ ਨਾਲ ਸੰਬੰਧ ਰੱਖਦੀ ਕੁੜੀ ਕਿਸ ਤਰ੍ਹਾਂ ਯੂਰਪ ਦੇ ਵਿੱਚ ਕੱਲੀ ਘੁੰਮਦੀ ਆ ਤੇ ਘੁੰਮਣ ਵਾਲੇ ਥਾਵਾਂ ਦੇ ਵਿੱਚ ਉਹ ਦਿਲਚਸਪੀ ਜ਼ਾਹਰ ਕਰਦੀ ਆ ਤਾਂ ਉਹ ਇੱਕ ਤਰ੍ਹਾਂ ਦਾ ਸਫਰਨਾਮਾ ਸੀਗਾ ਬਹੁਤ ਉਹ ਅੰਗਰੇਜ਼ੀ ਵਿਭਾਗ ਦੇ ਜਿਹੜੇ ਵਿਦਿਆਰਥੀ ਨੇ ਤਲਵੰਡੀ ਸਾਬੋ ਦੇ ਉਹਨਾਂ ਨੇ ਅਨੁਵਾਦ ਕੀਤੀ ਸੀਗੀ ਡਾਕਟਰ ਸ਼ਸ਼ੀਲ ਕੁਮਾਰ ਨੇ ਉਸ ਨੂੰ ਸੰਪਾਦਿਤ ਕੀਤਾ ਸੀਗਾ ਉਸ ਸਮੇ ਉਸ ਨੂੰ ਮਿਲਣ ਦਾ ਵੀ ਮੌਕਾ ਮਿਲਿਆ ਤਾਂ ਉਹ ਇੱਕ ਬੰਦਾਸ ਸ਼ਖਸੀਅਤ ਲੱਗੀ ਹੁਣ ਜਿਹੜੀ ਉਹਦੀ ਨਵੀਂ ਕਿਤਾਬ ਆਈ ਹੈਗੀ ਆ ਉਹ ਲੋਕ ਜੋ ਮੁਜਮੇ ਰਹੇਗੇ ਉਸ ਦਾ ਪੰਜਾਬੀ ਚਨਵਾਦ ਮੌਲਕੋ ਦੀ ਨਵੀਂ ਕਿਤਾਬ ਆਈ ਹੈ ਕਿ ਲੋਕ ਜੋ ਮੇਰੇ ਵਿੱਚ ਰਹਿ ਗਏ ਇਹ ਕਹਿ ਸਕਦੇ ਆ ਕਿ ਇਹ ਵੀ ਸਫਰਨਾਮਾ ਹੀ ਆ ਪਰ ਇਹ ਪਹਿਲੇ ਸਫਰਨਾਮੇ ਤੋਂ ਕਈ ਗੱਲਾਂ ਤੋਂ ਵੱਖਰਾ ਹੈ ਕਿ ਪਹਿਲਾ ਸਫਰਨਾਮਾ ਸਾਨੂੰ ਇੱਕ ਸਾਸੀ ਕੁੜੀ ਦਾ ਦਰਸ਼ਨ ਕਰਾਉਂਦਾ ਇੱਕ ਸਾਸੀ ਕੁੜੀ ਦੇ ਦਰਸ਼ਨ ਕਰਾਉਂਦਾ ਕਿ ਇੱਕ ਸਾਸੀ ਕੁੜੀ ਕਿਸ ਤਰ੍ਹਾਂ ਇਕੱਲੀ ਵੀ ਵਿਦੇਸ਼ ਵਿੱਚ ਘੁੰਮ ਸਕਦੀ ਹੈ ਪਰ ਜਿਹੜੀ ਇਹ ਕਿਤਾਬ ਹੈਗੀ ਆ ਇਹ ਕਿਤਾਬ ਇਸ ਦੇ ਨਾਲ 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 ਉੱਥੋਂ ਦੀ ਯੂਰੋਪੀਅਨ ਜ਼ਿੰਦਗੀ ਦੀ ਖਾਸ ਕਰਕੇ ਯੂਰਪ ਦੀ ਜ਼ਿੰਦਗੀ ਦੇ ਵਿੱਚ ਕੁੜੀਆਂ ਦਾ ਕੀ ਸਥਾਨ ਮਰਦਾਂ ਦਾ ਕੀ ਸਥਾਨ ਜ਼ਿੰਦਗੀ ਨੂੰ ਕਿਵੇਂ ਦੇਖਦੇ ਨੇ ਉਸ ਨੂੰ ਨੇੜੇ ਮਹਿਸੂਸ ਕੀਤਾ ਹੋਇਆ ਮੈਂ ਸਮਝਦਾ ਹਾਂ ਕਿ ਜਿਹੜੀ ਪਹਿਲੀ ਕਿਤਾਬ ਆ ਉਹ ਤਾਂ ਸਫਰਨਾਮਾ ਜਿਹੜਾ ਉਹ ਤੁਹਾਡੇ ਅੰਦਰ ਇੱਕ ਅਤੀਜ ਨਾਲ ਤਾਂ ਜਗਾਉਂਦਾ ਹੈਗਾ ਕਿ ਕੱਲਾ ਬੰਦਾ ਇਹ ਸਫਰ ਕਰ ਸਕਦਾ ਹੈਗਾ ਕਿਵੇਂ ਸਫਰ ਕਰ ਸਕਦਾ ਹੈ ਕਾਊਚ ਸਰਫਿੰਗ ਦੇ ਰਾਹੀ ਕਿਸ ਤਰ੍ਹਾਂ ਤੁਸੀਂ ਵੈਬਸਾਈਟਸ ਦੇ ਉੱਤੋਂ ਲੱਭ ਸਕਦੇ ਹੈਗੇ ਆ ਕਿਸ ਤਰ੍ਹਾਂ ਤੁਸੀਂ ਕਿਸੇ ਤੋਂ ਰਾਈਡ ਲੈਣੀ ਆ ਕਿਸ ਤਰ੍ਹਾਂ ਤੁਸੀਂ ਘੁੰਮਣ ਵਾਲੀਆਂ ਥਾਵਾਂ ਨੂੰ ਘੁੰਮਣਾ ਹੈ ਵਗੈਰਾ 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 ਪਰ ਜਿਹੜਾ ਇਹ ਸਫਰਨਾਮਾ ਹੈਗਾ ਜਾਂ ਇਹ ਜਿਹੜੀ ਕਿਤਾਬ ਹੈਗੀ ਆ ਕਿ ਲੋਕ ਜੋ ਮੇਰੇ ਵਿੱਚ ਰਹੇਗੇ ਇਹ ਬੜੇ ਮਹੱਤਵਪੂਰਨ ਦਸਤਾਵਾ ਇਹ ਸਿਰਫ ਸਫਰਨਾਮਾ ਨਹੀਂ ਹੈ ਉਹਦੀ ਸੁਵੇਦਨਸ਼ੀਲਤਾ ਦੇ ਦਰਸ਼ਨ ਕਰਾਉਂਦੀ ਆ ਤਾਂ ਬਹੁਤ ਸਾਰੀਆਂ ਜਿਹੜੀਆਂ ਸਾਡੇ ਇੱਥੇ ਭਾਰਤ ਦੇ ਵਿੱਚ ਪੰਜਾਬ ਹਰਿਆਣਾ ਜਾਂ ਉਹ ਸਾਰੀ ਉੱਤਰੀ ਭਾਰਤ ਦੇ ਵਿੱਚ ਬਣੀਆਂ ਬਣਾਈਆਂ ਪਛਮ ਬਾਰੇ ਧਾਰਨਾਵਾਂ ਹਨ ਉਹਨਾਂ ਧਾਰਨਾਵਾਂ ਨੂੰ ਉਹ ਰੱਦ ਦੀ ਵੀ ਹੈ ਉਹਨਾਂ ਵਿੱਚੋਂ ਕਿਹੜੀਆਂ ਧਾਰਨਾਵਾਂ ਸਹੀ ਨੇ ਸੱਚੀਆਂ ਨੇ ਉਹਨਾਂ ਨੂੰ ਫਿਰ ਉਹ ਆਪਣੇ ਅਨੁਭਵ ਨਾਲ ਪੁਨਰ ਪੇਸ਼ ਵੀ ਕਰਦੀ ਹੈਗੀ ਆ ਉਹਦੇ ਵਿੱਚ ਦੋ ਤਿੰਨ ਜਿਹੜੇ ਮੁੱਦੇ ਨੇ ਉਹਨਾਂ ਉੱਤੇ ਅਕਸਰ ਜਿਹੜੀ ਗੱਲ ਕਰਨੀ ਆ ਉਹ ਕਹਿ ਸਕਦੇ ਆ ਕਿ ਭਾਰਤੀ ਸਮਾਜ ਤੇ ਉਤਰੀ ਭਾਰਤੀ ਸਮਾਜ ਤੇ ਪੰਜਾਬੀ ਸਮਾਜ ਪਿੰਡੂ ਸਮਾਜ ਜਾਂ ਹਰਿਆਣਵੀ जाट ਸਮਾਜ ਦੇ ਵਿੱਚ ਕਰਨੀ ਹੀ ਇੱਕ ਤਰ੍ਹਾਂ ਦੀ ਮਨਾ ਹੈਗੀ ਆ ਖਾਸ ਕਰਕੇ ਐਲਜੀਬੀਟੀ ਕਮਿਊਨਿਟੀ ਬਾਰੇ ਕਿ ਲੈਸਬੀਅਨਜ਼ ਬਾਰੇ ਗੇਜ਼ ਬਾਰੇ ਤੇ ਉਹਨਾਂ ਲੋਕਾਂ ਦੇ ਬਾਰੇ ਕਿ ਜਿਨ੍ਹਾਂ ਦੀਆਂ ਸੈਕਸ ਔਰੀਐਂਟੇਸ਼ਨ ਆਮ ਲੋਕਾਂ ਨਾਲ ਨਹੀਂ ਮਿਲਦੀਆਂ ਪਰ ਇਸ ਕਿਤਾਬ ਦੇ ਵਿੱਚ ਉਹ ਠਹਿਰਨ ਦੇ ਲਈ ਜਦੋਂ ਤਾਨੀਆਂ ਨੂੰ ਚੁੰਦੀ ਹੈਗੀ ਆ ਉਦੋਂ ਜਦੋਂ ਉਹ ਹੇਲੀ ਨਾਲ ਰਹਿ ਰਹੀ ਆ ਜਦੋਂ ਕਿ ਉਸੇ ਸ਼ਹਿਰ ਦੇ ਵਿੱਚ ਕਾਤੀਆ ਵੀ ਉਹਦੀ ਭੈਣ ਵੀ ਰਹਿ ਰਹੀ ਆ ਤਾਂ ਉਦੋਂ ਉਹਨੂੰ ਇਸ ਰਿਸ਼ਤੇ ਦੀ ਡੰਗਾਈ ਦਾ ਪਤਾ ਲੱਗਦਾ ਜਿਹੜਾ ਉਹ ਆਪਣੇ ਆਪ ਦੇ ਵਿੱਚ ਬਲੱਖਣ ਗੱਲ ਹੈਗੀ ਆ ਇਸੇ ਤਰ੍ਹਾਂ ਹੀ ਆ ਗਿਆ ਕਿ ਜਿਹੜੇ ਗੇ ਨੇ ਉਹ ਕਿਸ ਕਿਸਮ ਦੇ ਲੋਕ ਹੁੰਦੇ ਹੈਗੇ ਆ ਉਦੇ ਬਾਰੇ ਵੀ ਕਿ ਜਿਹੜੀਆਂ ਸਾਡੀਆਂ ਬਣੀਆਂ ਬਣਾਈਆਂ ਧਾਰਨਾਵਾਂ ਆ ਉਹਨਾਂ ਨੂੰ ਇਹ ਬੜੇ ਤਿੱਤਿਆਂ ਨਾਲ ਤੋੜਦੀ ਆ ਤਾਂ ਆਪਣੇ ਆਪ ਦੇ ਵਿੱਚ ਮੈਨੂੰ ਇਹ ਲੱਗਿਆ ਕਿ ਇਹ ਪੁਸਤਕ ਬੜੀ ਮਹੱਤਵਪੂਰਨ ਪੁਸਤਕ ਬਣਦੀ ਹੈਗੀ ਆ ਮੈਂ ਇਸ ਦੇ ਵਿੱਚ ਕੁਝ ਗੱਲਾਂ ਹੋਰ ਵੀ ਤੁਹਾਡੇ ਨਾਲ ਕਰਨੀਆਂ ਚਾਹਣਾ ਕਿ ਇਹ ਕਿਤਾਬ ਪੜਦਿਆਂ ਤੁਹਾਨੂੰ ਜਿਹੜਾ ਸਾਡਾ ਉਹ ਸਮਾਜ ਆ ਤੇ ਜਿਹੜਾ ਸਾਡਾ ਇਹ ਸਮਾਜ ਆ ਇਹਦੇ ਵਿੱਚ ਜਿਹੜਾ ਇੱਕ ਤੁਲਨਾ ਹੈ ਉਹ ਵੀ ਸਾਡੇ ਸਾਹਮਣੇ ਬੜੇ ਧਿਆਨ ਨਾਲ ਉਹ ਕਰਦੀ ਹੈ ਕੀ ਆ ਵੈਸੇ ਤਾਂ ਹਰ ਜਿਹੜਾ ਸਫਰ ਨਾਮ ਹੈ ਤੁਲਨਾ ਉਹਦਾ ਕੰਗ ਹੁੰਦਾ ਹੈ ਤੇ ਇਸ ਸਫਰ ਨਾਮੇ ਦਾ ਵੀ ਤੁਲਨਾ ਅੰਗ ਹੋਣੀ ਸੀ ਪਰ ਉਹ ਤੁਲਨਾ ਕਰਦਿਆਂ ਜਿਹੜਾ ਹੈਗਾ ਉਹ ਇੱਕ ਕਿੱਥੇ ਘੁੰਡ ਕੱਢਣ ਵਾਲਾ ਸਮਾਜ ਤੇ ਕਿੱਥੇ ਜਾਨੀ ਕਿ ਜਿਹੜਾ ਸਾਰਾ ਜਿਹੜਾ ਪਰਿਵਾਰ ਉਹ ਇਕੱਠਿਆਂ ਨੰਗੇ ਵੀ ਇਕੱਠੇ ਨਹਾ ਸਕਦੇ ਆ ਸਮੁੰਦਰ ਦੇ ਕੰਡੇ ਵੀ ਨਹਾ ਸਕਦੇ ਆ 스ਵਿਮਿੰਗ ਪੂਲ ਵਿੱਚ ਵੀ ਨਹਾ ਸਕਦੇ ਆ ਤਾਂ ਉਹ ਜਿਹੜੀ ਫੀਲਿੰਗ ਆ ਇਸੇ ਦੇ ਰਹੀ ਹੈ ਕਿ ਵੀ ਇੱਕ ਕੁੜੀ ਨੂੰ ਕਿਉਂ ਜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਜਾਂ ਚਾਉਣਾ ਪੈਂਦਾ ਹੈ ਇਹ ਨਹੀਂ ਕਿ ਜਿਹੜੀ ਅਨਰਾধা ਬੇਨੀਵਾਲਾ ਉਹਦੇ ਮਨ ਦੇ ਵਿੱਚ ਕੁਝ ਸ਼ੰਕੇ ਨਹੀਂ ਡਰਨੇ ਪਰ ਉਹ ਡਰਾਂ ਤੇ ਸ਼ੰਕਿਆਂ ਨੂੰ ਨਾਲੋ ਨਾਲ ਰੱਖਦਿਆਂ ਉਹਦੇ ਤੇ ਕਾਬੂ ਵੀ ਰੱਖਦੀ ਹੈ ਤਾਂ ਉਹ ਕਿਤਾਬ ਮੈਂ ਸਮਝਦਾ ਕਿ ਇਸ ਕਿਤਾਬ ਨੂੰ ਕਥ ਪ੍ਰਕਾਸ਼ਨ ਨੇ ਪ੍ਰਕਾਸ਼ਿਤ ਕੀਤਾ ਹੈਗਾ ਅਰਸ਼ ਨੇ ਇਸ ਨੂੰ ਅਨੁਵਾਦ ਕੀਤਾ ਹੈਗਾ ਮੈਂ ਸਮਝਦਾ ਕਿ ਇਹ ਕਿਤਾਬ ਸਿਰਫ ਕੁੜੀਆਂ ਦੇ ਪੜਨ ਵਾਲੀ ਤਜਰੂਰੀ ਆ ਕਿ ਹਰ ਹਾਲਤ ਵਿੱਚ ਕੁੜੀ ਬੜੇ ਉਹ ਘਰੇ ਬੈਠੀ ਹੀ ਦੂਰ ਦਰਾਜ ਤੇ ਸਫਰ ਕਰ ਸਕਦੀ ਆ ਪਰ ਇਸ ਦੇ ਨਾਲ ਨਾਲ ਮੈਂ ਇਹ ਵੀ ਸਮਝਦਾ ਕਿ ਕਿਤਾਬ ਮੁੰਡਿਆਂ ਲਈ ਵੀ ਪੜ੍ਹਨੀ ਹੁੰਨੀ ਜ਼ਰੂਰੀ ਆ ਤੇ ਮੁੰਡਿਆਂ ਲਈ ਪੜ੍ਹਨੀ ਇਸ ਕਰਕੇ ਵੀ ਜ਼ਰੂਰੀ ਹੈਗੀ ਆ ਕਿ ਬਹੁਤ ਸਾਰੇ ਮੁੰਡੇ ਵੀ ਬੜੇ ਸ਼ਰਮਾਕਲ ਤੇ ਡਰੂ ਸੁਭਾਅ ਦੇ ਨੇ ਉਹ ਘਰ ਤੋਂ ਬਾਹਰ ਨਹੀਂ ਨਿਕਲਦੇ ਬਾਹਰੀ ਦੁਨੀਆ ਨਹੀਂ ਦੇਖਦੇ ਤੇ ਉਹਦਾ ਅਨੁਭਵ ਖੇਤਰ ਜਿਹੜਾ ਉਹ ਵਿਸ਼ਾਲ ਨਹੀਂ ਹੁੰਦਾ ਤੋ ਉਥੋਂ ਮੁੰਡਿਆਂ ਨੂੰ ਇੱਕ ਪ੍ਰੇਰਣਾ ਮਿਲ ਸਕਦੀ ਹੈਗੀ ਆ ਕਿ ਜੇ ਅਨਰਾਧਾ ਬੇਨੀਵਾਲ ਕੁੜੀ ਹੋ ਕੇ ਇਸ ਤਰ੍ਹਾਂ ਉਪਰੇ ਲੋਕਾਂ ਨਾਲ ਜਿਹੜਾ ਗ੍ਰਹਿਣ ਦਾ ਹੁੰਦਾ ਹੈਗਾ ਡਰ ਜਿਹੜੀ ਇੱਕ ਸਾਡੇ ਮਨ ਦੇ ਵਿੱਚ ਇੱਕ ਫੋਕ ਆਫ ਸਮਾਇਆ ਹੋਇਆ ਉਸ আতੰਕ ਤੋਂ ਵੀ ਇਹ ਤੁਹਾਨੂੰ ਮੁਕਤ ਕਰਦੀ ਹੈਗੀ ਆ ਉਸ ਦੀਆਂ ਜਿਹੜੀਆਂ ਪੱਛਮ ਦੇ ਬਾਰੇ ਧਾਰਨਾਵਾਂ ਨੇ ਕਿ ਜਿਵੇਂ ਇਸ ਤਰ੍ਹਾਂ ਲੱਗਦਾ ਰਹਿੰਦਾ ਕਈ ਵਾਰ ਕਿ ਪੱਛਮ ਵਿੱਚ ਸਾਰੇ ਲੋਕ ਸ਼ਾਇਦ ਹਰ ਸਮੇਂ ਸੈਕਸੀ ਕਰੀ ਜਾਂਦੇ ਹੈਗੇ ਆ ਇਹੋ ਜੀ ਗੱਲ ਵੀ ਨਹੀਂ ਉੱਥੇ ਵੀ ਬਹੁਤ ਕਨਜ਼ਰਵੇਟਿਵ ਲੋਕ ਵੀ ਨੇ ਜਾਂ ਕਹਿ ਲੋ ਰੂੜੀਵਾਦੀ ਲੋਕ ਵੀ ਨੇ ਜਾਂ ਇਹ ਵੀ ਕਹਿ ਲੋ ਕਿ ਸੈਕਸ ਨੂੰ ਇਹ ਵੀ ਨਹੀਂ ਕਿ ਬਹੁਤ ਸਾਰੇ ਬੰਦੇ ਆ ਜਿਹੜੇ ਕਨਜ਼ਰਵੇਟਿਵ ਵੀ ਨਹੀਂ ਰੂੜੀਵਾਦੀ ਵੀ ਨਹੀਂ ਇਸ ਦੇ ਬਾਵਜੂਦ ਵੀ ਇਹ ਨਹੀਂ ਕਿ ਹਰ ਵੇਲੇ ਸੈਕਸ 'ਚ ਦਿਲਚਸਪੀ ਰੱਖਦੇ ਬਹੁਤ ਸਾਰੇ ਬੰਦੇ ਆ ਜਿਹੜੇ ਹੋਰ ਗੱਲਾਂ ਦੇ ਵਿੱਚ ਵੀ ਦਿਲਚਸਪੀ ਰੱਖਦੇ ਆ ਤੋ ਇਹੋ ਜਿਹੇ ਧਾਰਨਾਵਾਂ ਤੋੜਨ ਦੇ ਲਈ ਇਹ ਕਿਤਾਬ ਬੁੰਡਿਆਂ ਲਈ ਵੀ ਪੜ੍ਹਣੀ ਬਹੁਤ ਜ਼ਰੂਰੀ ਹੈਗੀ ਆ ਮੈਂ ਉਹਦੇ ਵਿੱਚੋਂ ਇੱਕ ਪੈਰੇ ਦੇ ਵਿੱਚ ਜਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਜਿਹੜਾ ਗੇ ਗੇ ਆਪਣੇ ਮੂੰਹ ਕਹਿੰਦਾ ਆਈ ਡਿਡ ਨਾਟ ਵਾਂਟ ਅ ਗਾਇਲ ਟੂ ਜਸਟ ਫਕ ਮੀ ਆਈ ਵਾਂਟਿਡ ਅ ਮੈਨ ਟੂ ਟੇਕ ਮੀ ਫਾਰ ਡਿਨਰ ਐਂਡ ਸੇ ਆਈ ਏਮ ਸਪੈਸ਼ਲ ਆਈ ਵਾਂਟਿਡ ਸਮਵਨ ਟੂ ਟੇਕ ਮੀ ਆਊਟ ਆਫ ਮਾਈ ਮਦਰ ਹਾਊਸ ਬਟ ਥੈਟ ਨੇਵਰ ਹੈਪਨਡ ਬਾਤਵਾਰਸ ਨੂੰ ਇਸ ਤਰ੍ਹਾਂ ਲੱਗਦਾ ਰਹਿੰਦਾ ਹੈਗਾ ਕਿ ਸ਼ਾਇਦ ਜਿਹੜੇ ਗੇ ਲੋਕ ਆ ਉਹਨਾਂ ਦੀ ਸਿਰਫ ਸੈਕਸ ਦੇ ਵਿੱਚ ਹੀ ਦਿਲਚਸਪੀ ਹੁੰਦੀ ਹੈ ਨਹੀਂ ਉਹਨਾਂ ਦੀ ਜਿਹੜੀ ਇੱਕ ਭਾਵਨਾਤਮਕ ਸਾਂਝ ਵੀ ਹੋਣੀ ਜ਼ਰੂਰੀ ਹੈਗੀ ਆ ਮੈਂ ਨਿੱਜੀ ਤੌਰ ਤੇ ਕੋਈ ਜਿਹੜੇ ਐਲਜੀਪੀਟੀ ਕਮਿਊਨਿਟੀ ਦੇ ਲੋਕ ਨੇ ਉਹਨਾਂ ਨਾਲ ਕੋਈ ਬਹੁਤਾ ਮੇਰਾ ਵਾਅ ਵਾਸਤਾ ਨਹੀਂਗਾ ਮੇਰੀ ਇਸ ਚੀਜ਼ ਵਿੱਚ ਬਹੁਤੀ ਦਿਲਚਸਪੀ ਵੀ ਨਹੀਂ ਹੈ ਪਰ ਮੈਨੂੰ ਇਹ ਕਿਤਾਬ ਪੜਦਿਆਂ ਉਹਨਾਂ ਦੀਆਂ ਪੀੜਾਂ ਉਹਨਾਂ ਦੀਆਂ ਮੁਸ਼ਕਲਾਂ ਉਹਨਾਂ ਦੀਆਂ ਜਿਹੜੀਆਂ ਸਥਿਤੀਆਂ ਉਹ ਵੀ ਮਹਿਸੂਸਨ ਦੇ ਵਿੱਚ ਅਮਦਤ ਮਿਲੀ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਿਤਾਬ ਪੜਨ ਦੀ ਸਿਫਾਰਿਸ਼ ਕਰਦਾ ਹੈਗਾ ਅਰਸ਼ ਨੇ ਅਨਵਾਦ ਵੀ ਬਹੁਤ ਵਧੀਆ ਕੀਤਾ ਹੈਗਾ ਤੇ ਇੱਕ ਵਾਰੀ ਫੇਰ ਅਨਰਾਧਾ ਬਿਨੀਵਾਲ ਨੂੰ ਇਸ ਦੂਸਰੀ ਕਿਤਾਬ ਦੇ ਲਈ ਮੁਬਾਰਕਬਾਦ ਵਧਾਈਆਂ ਅਮਤਸ ਕੰਗ੍ਰੈਚੁਲੇਸ਼ਨ ਚਾਹੁੰਨਾ ਹੈ ਕਿ ਉਹ ਇਸ ਵਿਸ਼ੇ ਨੂੰ ਹੋਰ ਵੀ ਅੱਗੇ ਤੋਰੇ ਕਿਉਂਕਿ ਇੱਕ ਸਫਰਨਾਮਾ ਹਰੇਕ ਲਿਖ ਪੈਂਦਾ ਹੈ ਦੂਸਰੇ ਸਫਰਨਾਮੇ ਵਿੱਚ ਦਹਰਾਓ ਆਉਣ ਦੀ ਸੰਭਾਵਨਾ ਹੁੰਦੀ ਹੈ ਪਰ ਜਦੋਂ ਤੁਸੀਂ ਤੀਸਰਾ ਸਫਰਨਾਮਾ ਲਿਖੋਗੇ ਤਾਂ ਇੱਕ ਤਰ੍ਹਾਂ ਦਾ ਤੁਸੀਂ ਇਹ ਕਿ ਤੁਹਾਡਾ ਅਨੁਭਵ ਹੈ ਜਿਹੜਾ ਉਹ ਸੂਖਮ ਪਰਤਾਂ ਨੂੰ ਫਿਰ ਪਕੜਨ ਦੀ ਕੋਸ਼ਿਸ਼ ਕਰੇਗਾ ਉਸ ਨਾਲ ਜਿਹੜਾ ਸਾਡਾ ਪੰਜਾਬੀ ਸਮਾਜ ਆ ਹਰਿਆਣਵੀ ਸਮਾਜ ਆ ਉੱਤਰੀ ਭਾਰਤ ਆ ਜਿਹੜਾ ਉਹ ਉਹਦੇ ਜਿਹੜੇ ਲੋਕ ਨੇ ਉਹਨਾਂ ਦੀਆਂ ਕਈ ਧਾਰਨਾਵਾਂ ਬਦਲਣਗੀਆਂ ਤੇ ਸਿਹਤ ਦਾ ਕੰਮ ਸਭ ਤੋਂ ਵੱਡਾ ਇਹੀ ਹੁੰਦਾ ਕਿ ਉਹ ਬਣੀਆਂ ਬਣਾਈਆਂ ਧਾਰਨਾਵਾਂ ਨੂੰ ਤੋੜੇ ਤੇ ਸਾਨੂੰ ਇੱਕ ਨਵੇਂ ਸੰਸਾਰ ਦਾ ਦਰਸ਼ਨ ਕਰਾਵੇ